ਦੇਖੋ ਇਹ ਸਾਡਾ ਰੂਟੀਨ ਦਾ ਚੈਕਿੰਗ ਹੈਗੀ ਹੈ। ਅਸੀਂ ਹਰ ਰੋਜ਼ ਨਾਕਾਬੰਦੀ ਕਰਕੇ ਭਲੱਥ ਇਲਾਕੇ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਮਾੜੇ ਅਪਰਾਧੀਆਂ ਨੂੰ ਰੋਕਥਾਮ ਉਹਨਾਂ ਦੀ ਕੀਤੀ ਜਾਵੇ ਅਤੇ ਆਮ ਨਾਗਰਿਕ ਨੂੰ ਜਿਹੜਾ ਹੈਗਾ ਆ ਉਹ ਸੌਖਾ ਸਾਹ ਆਵੇ। ਅਤੇ ਇਹ ਜਿਹੜੀ ਚੈਕਿੰਗ ਹੈਗੀ ਆ, ਅਸੀਂ ਜਿਵੇਂ ਜਿਵੇਂ ਸਾਨੂੰ ਸ਼ਿਕਾਇਤ ਮਿਲਦੀ ਹੈ ਵੀ ਕਿਤੇ ਨਡਾਲਾ ਦੇ ਵਿੱਚ ਕੋਈ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਹੈ ਅਤੇ ਸਾਡੇ ਟ੍ਰੈਫਿਕ ਦੇ ਜਵਾਨ ਅਤੇ ਸਾਡੀ ਲੋਕਲ ਜਿਹੜੀ ਨਾਲ ਦੀ ਪੁਲਿਸ ਹੈਗੀ ਥਾਣੇ ਦੀ ਉਹ ਅਸੀਂ ਜਿਹੜੀ ਰੋਂਗ ਪਾਰਕਿੰਗ ਵਗੈਰਾ ਹੈਗੀ ਆ ਉਹਨੂੰ ਅਸੀਂ ਸੁਧਾਰਨ ਵਾਸਤੇ ਟ੍ਰੈਫਿਕ ਦੇ ਚਲਾਨ ਵੀ ਕਰਾਉਂਦੇ ਹਾਂ। ਔਰ ਇਹ ਸਾਡੀ ਜਿਹੜੀ ਆ ਅਪਰਾਧ ਨੂੰ ਰੋਕਣ ਵਾਸਤੇ ਇੱਕ ਇਹ ਬਹੁਤ ਵਧੀਆ ਜ਼ਰੀਆ ਹੈਗਾ ਕਿ ਜੇ ਆਪਾਂ ਮੋਟਰਸਾਈਕਲ ਨੂੰ ਚੈੱਕ ਕਰਾਂਗੇ ਅਤੇ ਲੋਕਾਂ ਦੇ ਵਿੱਚ ਡਰ ਬਣੇਗਾ ਔਰ ਅਪਰਾਧੀ ਜਿਹੜਾ ਹੈਗਾ ਆ ਉਹ ਇਲਾਕੇ ਦੇ ਵਿੱਚ ਵੜਨ ਨੂੰ ਉਹਨੂੰ ਖੌਫ ਲੱਗੇਗਾ। ਇਸ ਕਰਕੇ ਅਸੀਂ ਚੈੱਕ ਕਰਦੇ ਹਾਂ। ਜੇ ਮੋਟਰ ਵਹੀਕਲ ਐਕਟ ਦੇ ਤਹਿਤ ਅਗਰ ਕੋਈ ਕਮੀ ਪਾਈ ਜਾਂਦੀ ਤਾਂ ਉਹਨੂੰ ਅਸੀਂ ਵਾਰਨਿੰਗ ਇੱਕ ਵਾਰ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਜੇ ਦੁਬਾਰਾ ਆਉਂਦਾ ਤਾਂ ਅਸੀਂ ਉਹਦਾ ਚਲਾਨ ਵਗੈਰਾ ਕਰਦੇ ਹਾਂ। ਬਿਲਕੁਲ ਅੱਜ ਅਸੀਂ ਚਲਾਨ ਕੀਤੇ, ਸਾਡੇ ਰੋਜ਼ ਚੈਕਿੰਗ ਦੇ ਦੌਰਾਨ ਚਲਾਨ ਹੁੰਦੇ ਆ, ਅੱਜ ਵੀ ਚਲਾਨ ਹੋਇਆ। ਅੱਜ ਮੈਂ ਖੁਦ ਵੀ ਮੌਕਾ ਦੇ ਉੱਤੇ ਇਹ ਜਿਹੜੀ ਨਡਾਲਾ ਚੌਂਕ ਦੇ ਵਿੱਚ ਅਸੀਂ ਜਿਹੜਾ ਬਿਗਵਾਲ ਚੌਂਕ ਹੈਗਾ ਇੱਥੇ ਅਸੀਂ ਖੜ੍ਹੇ ਹੋ ਕੇ ਨਾਕਾ ਲਾਇਆ ਹੋਇਆ ਔਰ ਨਾਕਾ ਲਾ ਕੇ ਟ੍ਰੈਫਿਕ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਮੋਟਰਸਾਈਕਲ ਯੰਗਸਟ ਨੂੰ ਜਿੰਨੇ ਇਹ ਸਾਰਾ ਜਿਹੜਾ ਉਪਰਾਲਾ ਹੈਗਾ ਇਹ ਡਰੱਗ ਨਾਲ ਰਿਲੇਟਡ ਹੈਗਾ, ਸਨੈਚਿੰਗ ਨਾਲ ਰਿਲੇਟਡ ਹੈਗਾ ਕਿ ਸਨੈਚਿੰਗ ਦੀਆਂ ਵਾਰਦਾਤਾਂ ਸਾਡੇ ਇਲਾਕੇ 'ਚ ਘੱਟ ਹੋਣ, ਇਸ ਕਰਕੇ ਅਸੀਂ ਇਹਨਾਂ ਦੀ ਚੈਕਿੰਗ ਜਿਹੜੀ ਆ ਰੂਟੀਨ ਦੀ ਕਰਵਾਉਂਦੇ ਹਾਂ। ਦੇਖੋ ਇਹ ਸਾਡਾ ਰੂਟੀਨ ਦਾ ਚੈਕਿੰਗ ਹੈਗੀ ਹੈ। ਅਸੀਂ ਹਰ ਰੋਜ਼ ਨਾਕਾਬੰਦੀ ਕਰਕੇ ਭਲੱਥ ਇਲਾਕੇ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਮਾੜੇ ਅਪਰਾਧੀਆਂ ਨੂੰ ਰੋਕਥਾਮ ਉਹਨਾਂ ਦੀ ਕੀਤੀ ਜਾਵੇ ਅਤੇ ਆਮ ਨਾਗਰਿਕ ਨੂੰ ਜਿਹੜਾ ਹੈਗਾ ਆ ਉਹ ਸੌਖਾ ਸਾਹ ਆਵੇ। ਅਤੇ ਇਹ ਜਿਹੜੀ ਚੈਕਿੰਗ ਹੈਗੀ ਆ, ਅਸੀਂ ਜਿਵੇਂ ਜਿਵੇਂ ਸਾਨੂੰ ਸ਼ਿਕਾਇਤ ਮਿਲਦੀ ਹੈ ਵੀ ਕਿਤੇ ਨਡਾਲਾ ਦੇ ਵਿੱਚ ਕੋਈ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਹੈ ਅਤੇ ਸਾਡੇ ਟ੍ਰੈਫਿਕ ਦੇ ਜਵਾਨ ਅਤੇ ਸਾਡੀ ਲੋਕਲ ਜਿਹੜੀ ਨਾਲ ਦੀ ਪੁਲਿਸ ਹੈਗੀ ਥਾਣੇ ਦੀ ਉਹ ਅਸੀਂ ਜਿਹੜੀ ਰੋਂਗ ਪਾਰਕਿੰਗ ਵਗੈਰਾ ਹੈਗੀ ਆ ਉਹਨੂੰ ਅਸੀਂ ਸੁਧਾਰਨ ਵਾਸਤੇ ਟ੍ਰੈਫਿਕ ਦੇ ਚਲਾਨ ਵੀ ਕਰਾਉਂਦੇ ਹਾਂ। ਔਰ ਇਹ ਸਾਡੀ ਜਿਹੜੀ ਆ ਅਪਰਾਧ ਨੂੰ ਰੋਕਣ ਵਾਸਤੇ ਇੱਕ ਇਹ ਬਹੁਤ ਵਧੀਆ ਜ਼ਰੀਆ ਹੈਗਾ ਕਿ ਜੇ ਆਪਾਂ ਮੋਟਰਸਾਈਕਲ ਨੂੰ ਚੈੱਕ ਕਰਾਂਗੇ ਅਤੇ ਲੋਕਾਂ ਦੇ ਵਿੱਚ ਡਰ ਬਣੇਗਾ ਔਰ ਅਪਰਾਧੀ ਜਿਹੜਾ ਹੈਗਾ ਆ ਉਹ ਇਲਾਕੇ ਦੇ ਵਿੱਚ ਵੜਨ ਨੂੰ ਉਹਨੂੰ ਖੌਫ ਲੱਗੇਗਾ। ਇਸ ਕਰਕੇ ਅਸੀਂ ਚੈੱਕ ਕਰਦੇ ਹਾਂ। ਜੇ ਮੋਟਰ ਵਹੀਕਲ ਐਕਟ ਦੇ ਤਹਿਤ ਅਗਰ ਕੋਈ ਕਮੀ ਪਾਈ ਜਾਂਦੀ ਤਾਂ ਉਹਨੂੰ ਅਸੀਂ ਵਾਰਨਿੰਗ ਇੱਕ ਵਾਰ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਜੇ ਦੁਬਾਰਾ ਆਉਂਦਾ ਤਾਂ ਅਸੀਂ ਉਹਦਾ ਚਲਾਨ ਵਗੈਰਾ ਕਰਦੇ ਹਾਂ। ਬਿਲਕੁਲ ਅੱਜ ਅਸੀਂ ਚਲਾਨ ਕੀਤੇ, ਸਾਡੇ ਰੋਜ਼ ਚੈਕਿੰਗ ਦੇ ਦੌਰਾਨ ਚਲਾਨ ਹੁੰਦੇ ਆ, ਅੱਜ ਵੀ ਚਲਾਨ ਹੋਇਆ। ਅੱਜ ਮੈਂ ਖੁਦ ਵੀ ਮੌਕਾ ਦੇ ਉੱਤੇ ਇਹ ਜਿਹੜੀ ਨਡਾਲਾ ਚੌਂਕ ਦੇ ਵਿੱਚ ਅਸੀਂ ਜਿਹੜਾ ਬਿਗਵਾਲ ਚੌਂਕ ਹੈਗਾ ਇੱਥੇ ਅਸੀਂ ਖੜ੍ਹੇ ਹੋ ਕੇ ਨਾਕਾ ਲਾਇਆ ਹੋਇਆ ਔਰ ਨਾਕਾ ਲਾ ਕੇ ਟ੍ਰੈਫਿਕ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਮੋਟਰਸਾਈਕਲ ਯੰਗਸਟ ਨੂੰ ਜਿੰਨੇ ਇਹ ਸਾਰਾ ਜਿਹੜਾ ਉਪਰਾਲਾ ਹੈਗਾ ਇਹ ਡਰੱਗ ਨਾਲ ਰਿਲੇਟਡ ਹੈਗਾ, ਸਨੈਚਿੰਗ ਨਾਲ ਰਿਲੇਟਡ ਹੈਗਾ ਕਿ ਸਨੈਚਿੰਗ ਦੀਆਂ ਵਾਰਦਾਤਾਂ ਸਾਡੇ ਇਲਾਕੇ 'ਚ ਘੱਟ ਹੋਣ, ਇਸ ਕਰਕੇ ਅਸੀਂ ਇਹਨਾਂ ਦੀ ਚੈਕਿੰਗ ਜਿਹੜੀ ਆ ਰੂਟੀਨ ਦੀ ਕਰਵਾਉਂਦੇ ਹਾਂ।